ਸੀਗਾ ਮੈਡੀਕਲ ਸੈਂਟਰ ਲੁਧਿਆਣੇ ਤੋਂ ਅੱਜ ਆਪਾਂ ਗੱਲ ਕਰਾਂਗੇ ਫੀਮ ਦੇ ਬਾਰੇ ਕਿਉਂਕਿ ਫੀਮ ਦੇ ਬਾਰੇ ਬਹੁਤ ਸਾਰੇ ਸਹੀ ਗਲਤ ਵਿਚਾਰ ਹੈਗੇ ਹੁਣੇ ਹੁਣੇ ਇੱਕ ਆਰਟੀਕਲ ਆਇਆ ਹੈਗਾ ਜਿਹੜਾ ਕਿ ਯੂਰੋਪੀਅਨ ਸੁਸਾਇਟੀ ਆਫ ਕਾਰਡੀਓਲੋਜੀ ਛਪਿਆ ਹੈਗਾ ਇਹ 'ਚ ਉਹਨੇ ਦੇਖਿਆ ਕਿ ਬਾਈਪਾਸ ਦੇ ਬਾਅਦ ਜਿਹੜੇ ਪੇਸ਼ੈਂਟਸ ਫੀਮ ਲੈ ਰਹੇ ਆ ਜਿਹੜੇ ਨਹੀਂ ਲੈ ਰਹੇ ਉਹਨਾਂ ਦਾ ਕੀ ਰਿਜ਼ਲਟ ਹੈਗਾ ਯੂਨਾਈਟਿਡ ਨੇਸ਼ਨ ਨੇ ਦੱਸਿਆ ਹੈਗਾ ਕਿ ਤੰਬਾਕੂ ਦੇ ਬਾਅਦ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਡਰੱਗ ਜਿਹੜੀ ਹੈਗੀ ਉਹ ਫੀਮ ਹੈਗੀ ਮਤਲਬ ਓਪੀਅਮ ਸਪੈਸ਼ਲੀ ਮਿਡਲ ਈਸਟ ਅਤੇ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਓਪੀਅਮ ਹੈਗੀ ਓਪੀਓਇਡਸ ਆ ਇਹ ਦੋ ਤਰ੍ਹਾਂ ਜ਼ਿਆਦਾ ਇਸਤੇਮਾਲ ਹੋ ਰਹੇ ਹੈਗੇ ਇੱਕ ਤਾਂ ਹੈਗਾ ਕਿ ਉਹਨੂੰ ਸਿਗਰਟ ਦੇ ਵਾਂਗੂ ਸਮੋਕ ਕਰਨਾ ਅਤੇ ਦੂਜਾ ਹੈਗਾ ਕਿ ਚਾਹ ਵਗੈਰਾ ਦੇ ਵਿੱਚ ਪਾ ਕੇ ਉਹਨੂੰ ਲੈਣਾ ਇਹ ਸੋਚਿਆ ਜਾਂਦਾ ਹੈਗਾ ਕਿ ਕੋਈ 2 ਕਰੋੜ ਲੋਕ ਜਿਹੜੇ ਹੈਗੇ ਉਹ ਫੀਮ ਦੇ ਸ਼ਿਕਾਰ ਹੈਗੇ ਜਿਹੜੇ ਕਿ ਫੀਮ ਲੈ ਰਹੇ ਆ ਫੀਮ ਦੀ ਵਰਤੋਂ ਅਫਗਾਨਿਸਤਾਨ ਪਾਕਿਸਤਾਨ ਅਤੇ ਇਰਾਨ ਵਿੱਚ ਸਭ ਤੋਂ ਜ਼ਿਆਦਾ ਆ ਇਹਦਾ ਸ਼ਾਇਦ ਇੱਕ ਕਾਰਨ ਇਹ ਹੈਗਾ ਕਿ ਇਹ ਜ਼ਿਆਦਾ ਉਸ ਇਲਾਕੇ 'ਚ ਉੱਗਦੀ ਹੈਗੀ ਇਹਦੇ ਇਲਾਵਾ ਫੀਮ ਇਸ ਲਈ ਵੀ ਲਈ ਜਾ ਰਹੀ ਹੈਗੀ ਕਿ ਲੋਕ ਕਈ ਸੋਚਦੇ ਹੈਗੇ ਕਿ ਇਹ ਸਿਹਤ ਲਈ ਬਹੁਤ ਚੰਗੀ ਆ ਇਹ ਵੀ ਵਿਚਾਰ ਕਿਹਾ ਦਾ ਹੈਗਾ ਕਿ ਫੀਮ ਦੇ ਨਾਲ ਹਾਰਟ ਅਟੈਕ ਘੱਟ ਹੁੰਦਾ ਹੈਗਾ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈਗਾ ਸ਼ੂਗਰ ਦੀ ਬਿਮਾਰੀ 'ਚ ਫਾਇਦਾ ਕਰਦੀ ਹੈਗੀ ਅਤੇ ਜਿਹੜੇ ਫੀਮ ਲੈਂਦੇ ਹੈਗੇ ਉਹਨਾਂ ਦੀ ਉਮਰ ਜ਼ਿਆਦਾ ਹੁੰਦੀ ਹੈਗੀ ਲੇਕਿਨ ਇਹਨਾਂ ਚੀਜ਼ਾਂ ਦੀ ਕੋਈ ਪ੍ਰੋਪਰ ਸਟੱਡੀ ਨਹੀਂ ਹੈਗੀ ਜਿਹੜੇ ਆਪਾਂ ਕਹਿ ਸਕੀਏ ਕਿ ਸਹੀ ਆ ਜਿਹੜੀ ਇੱਕ ਸਟੱਡੀ ਹੈਗੀ ਇਹ ਹੁਣੇ 2-3 ਦਿਨ ਪਹਿਲੇ ਆਈ ਹੈਗੀ ਅਤੇ ਯੂਰੋਪੀਅਨ ਸੁਸਾਇਟੀ ਆਫ ਕਾਰਡੀਓਲੋਜੀ ਦੇ ਕੰਨਿਓਂ ਇਹ ਛਪੀ ਹੈਗੀ ਉਹਨਾਂ ਦੀ ਜਰਨਲ ਦੇ ਵਿੱਚ ਇਹਦੇ ਵਿੱਚ 28,000 ਤੋਂ ਜ਼ਿਆਦਾ ਮਰੀਜ਼ ਜਿਹੜੇ ਹੈਗੇ ਜਿੱਦਾਂ ਦੀ ਬਾਈਪਾਸ ਸਰਜਰੀ ਹੋਈ ਸੀ ਇਹ ਉਹਨਾਂ ਦੀ ਸਟੱਡੀ ਹੈਗੀ 10 ਸਾਲ ਤੱਕ ਇਹ ਡਾਟਾ ਇਕੱਠਾ ਕਰਦੇ ਰਹੇ ਉਹਨਾਂ ਮਰੀਜ਼ਾਂ ਦਾ ਜਿਹੜੇ ਜਿਨ੍ਹਾਂ ਦਾ ਬਾਈਪਾਸ ਹੋਇਆ ਹੈਗਾ ਇਹ ਡਾਟਾ ਇਕੱਠਾ ਕਰਨ ਦੇ ਬਾਅਦ ਉਹਨਾਂ ਨੇ ਕੰਪੇਅਰ ਕੀਤਾ ਉਹਨਾਂ ਮਰੀਜ਼ਾਂ ਨੂੰ ਜਿਹੜੇ ਕਿ ਫੀਮ ਲੈ ਰਹੇ ਸੀ ਅਤੇ ਉਹਨਾਂ ਨਾਲ ਜਿਹੜੇ ਕਿ ਫੀਮ ਨਹੀਂ ਲੈ ਰਹੇ ਸੀ ਇਹ ਦੇਖਿਆ ਕਿ ਜਿਹੜੇ ਫੀਮ ਲੈ ਰਹੇ ਸੀਗੇ ਉਹਨਾਂ ਦਾ ਬਾਕੀਆਂ ਨਾਲੋਂ 100 ਚੋਂ 28 ਮਰੀਜ਼ਾਂ ਦੇ ਵਿੱਚ ਜ਼ਿਆਦਾ ਮੌਤ ਹੋਈ ਹੈ ਅਤੇ 100 ਚੋਂ 34 ਮਰੀਜ਼ ਜਿਹੜੇ ਹੈਗੇ ਉਹਨਾਂ ਦੇ ਵਿੱਚ ਜ਼ਿਆਦਾ ਹਾਰਟ ਅਟੈਕ ਹੋਏ ਹੈਗੇ ਸਟੱਡੀ ਦਾ ਇਹ ਨਤੀਜਾ ਕੱਢਿਆ ਕਿ ਫੀਮ ਨਾਲ ਆਉ ਤਾਂ ਚੰਗਾ ਅਤੇ ਜੇ ਲੈ ਰਹੇ ਹੋ ਤਾਂ ਉਹਨੂੰ ਜਿੰਨੀ ਜਲਦੀ ਛੱਡਿਆ ਜਾਏ ਉਹਦੇ 'ਚ ਫਾਇਦਾ ਹੈਗਾ ਆਰਟੀਕਲ 'ਚ ਇਹ ਵੀ ਲਿਖਿਆ ਹੈਗਾ ਕਿ ਜਿਹੜੇ ਕਾਰਡੀਓਲੋਜਿਸਟ ਹੈਗੇ ਹਾਰਟ ਦੇ ਮਾਹਿਰ ਆ ਉਹ ਕਈ ਵਾਰ ਉਹ ਸੋਚਦੇ ਹੈਗੇ ਕਿ ਜੇ ਪੇਸ਼ੈਂਟ ਦੀ ਜਿਹੜੀ ਹੈਗੀ ਫੀਮ ਅਸੀਂ ਬੰਦ ਕਰਤੀ ਅਤੇ ਜਿਹੜੇ ਵਿਡਰੋਲ ਸਿੰਡਰੋਮ ਆ ਉਹਦੇ ਨਾਲ ਕਿਤੇ ਹਾਰਟ ਦੇ ਉੱਤੇ ਜ਼ਿਆਦਾ ਲੋਡ ਨਾ ਪਵੇ ਅਤੇ ਹੋਰ ਪ੍ਰੋਬਲਮ ਨਾ ਆਉਣ ਲੇਕਿਨ ਇਹ ਸਟੱਡੀ ਦੱਸਦੀ ਹੈਗੀ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਫੀਮ ਛੱਡਣ ਦਾ ਫਾਇਦਾ ਹੈਗਾ ਅਤੇ ਬਾਈਪਾਸ ਦੇ ਬਾਅਦ ਔਰ ਪੇਸ਼ੈਂਟ ਨੂੰ ਮੋਟੀਵੇਟ ਕੀਤਾ ਜਾਏ ਕਿ ਉਹ ਫੀਮ ਛੱਡੇ ਜਿੰਨੀ ਜਲਦੀ ਜਲਦੀ ਹੋ ਸਕੇ ਉਹਦੀ ਫੀਮ ਛੁਡਾਈ ਜਾਏ ਯਾਦ ਰੱਖਣ ਵਾਲੀ ਗੱਲ ਇਹ ਆ ਕਿ ਜਿਹੜੀ ਫੀਮ ਹੈਗੀ ਇੱਕ ਦਲਦਲ ਆ ਇਹਦੇ ਵਿੱਚ ਨਾ ਫਸਿਆ ਜਾਏ ਤਾਂ ਚੰਗਾ ਅਤੇ ਜੇ ਤੁਸੀਂ ਇਹਦੇ 'ਚ ਫਸ ਗਏ ਹੋ ਤਾਂ ਜਿੰਨੀ ਜਲਦੀ ਜਲਦੀ ਨਿਕਲਿਆ ਜਾਏ ਉਨਾ ਚੰਗਾ ਹੈਗਾ ਕਿਉਂਕਿ ਫੀਮ ਦਾ ਕੋਈ ਸਿਹਤ ਦੇ ਵਿੱਚ ਕੋਈ ਲਾਭ ਨਹੀਂ ਹੈਗਾ ਸਤਿ ਸ਼੍ਰੀ ਅਕਾਲ